ਹੈ ਜਿੱਥੇ ਕੋਈ ਮੀਟਰ ਨਹੀਂ ਨਜ਼ਰਦਾ। ਮੀਟਰ ਲੱਭ ਲੱਭ ਤੇ ਮੇਰਾ ਆਪਣਾ ਮੀਟਰ ਖਰਾਬ ਠੀਕ ਹੈ। ਚੰਗਾ ਮੈਂ ਲਾਈਨ ਮਾਇਨ ਨਾ ਵੰਦ ਸੀ, ਚੈੱਕ ਕਰੋ ਯੂਨਿਟ, ਬਿਜਲੀਆਂ ਚੈੱਕ ਕਰੋ, ਕੋਈ ਚੋਰੀ ਤਾਂ ਨਹੀਂ ਕੀਤੀ ਵਧੇ। ਹੁਣ ਮੈਂ ਕੁੜੇ ਸੈਂਦਨ ਵੀ ਚੋਰੀ ਕਰੀ ਕੀਤੀ ਗੜੇ, ਮੈਂ ਕੋਈ ਸਵੇਰ ਦਾ ਇੱਕ ਮੀਟਰ ਨਹੀਂ ਲੱਭਾ, ਅੱਠਵੀਂ ਗਲੀ 'ਚ ਮੈਂ ਵਹਿੰਦਾ ਪਿਆ। ਇਹ ਚੱਕੀ ਵਾਲੇ ਨੂੰ ਪੁੱਛਦਾ ਬਈ ਹੀ ਬਿਲ ਕੇ ਨਹੀਂ ਭਰਿਆ, ਹੀ ਦਾ ਤਾਂ ਮੇਰੇ ਖਸੂਸੀ ਆਖਿਆਨ ਹੈ ਬਈ ਚੱਕੀ ਵਾਲੇ ਕਨੇ ਲਾਜ਼ਮੀ ਵੰਜਣਾ। ਇਹ ਤਾਂ ਡਰ ਡਰ ਤੇ ਵੰਜਣਾ ਪਾਉਂਦੇ ਜੀ, ਉਹ ਜੇ ਬੇ ਲੰਬੇ ਪੈ ਨਾ ਮੇਰੇ ਕੋ ਡਰ ਲੱਗਦੇ ਕੋਈ ਵਿਛਾਵੇ ਨਾ ਮੇਰੇ ਕੋ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਭਾਈ ਜਾਨ ਬਾਬਡਾਲਾ ਜੀ ਸਹੀ ਕਿਆ ਖਰੈਦ ਮੰਗਣਾ ਜੀ ਸਹੀ। ਭਾਈ ਪਿਛਲੇ ਮਹੀਨੇ ਦਾ ਤੁਸਾਂ ਬਿੱਲ ਕੇ ਨਹੀਂ ਭਰਿਆ, ਮਹਿਮੂ ਤੇ ਨਾਂ ਦਾ ਤੇਰਾ ਮੀਟਰ ਹੈ। ਤੂੰ ਤੇ ਦੇਖਦਾ ਸੀ ਤੇ ਕਿਆ ਨਜ਼ਰ ਦਾ ਗਿਆ ਉੱਤੇ ਤਾਰੇ ਨਜ਼ਰ ਦੇਣ, ਜਿਵੇਂ ਬਿੱਲ ਤੋਂ ਬਾਅਦ ਗਰੀਬ ਕੋ ਤਾਰੇ ਨਜ਼ਰ ਦੇਣ, ਉਹ ਸਭ ਕੋ ਹੁਣ ਤਾਰੇ ਨਜ਼ਰ ਦੇ ਖੜੇ ਨੇ। ਅਸਾਂ ਚੇਲ ਛੁੜਵਈ ਗਣੋ ਮੋ ਇਹ ਜੀ ਮੋਤ ਗਨ ਗਨੇ ਦੇ ਬਿਜਲੀ ਨਾ ਗਨੇ ਤੇਰੇ ਹਾਂ ਪਲੇਟਾਂ ਲਗਾ ਲਈਆਂ। ਚਲੋ ਕੁਝ ਪਾਣੀ ਛਾਣੀ ਦਾ ਪਿਲਾਓ, ਪਾਣੀ ਛਾਣੀ ਕਿਰੇ ਨਾਲ ਪਿਲਾਓ, ਬਲਾ ਬਿਜਲਾ ਨੇ ਵਿਗੜੋ ਪਾਣੀ ਛਾਣੀ ਪਿਲਾਓ। ਟੱਕੇ ਦੀ ਇੱਜ਼ਤ ਤੇ ਨੇ ਸਾਰੀ ਦਾਗਾ ਜ ਤਲਹੜ ਕਾ ਦੇ ਜਿੱਪਾਂ ਵਾਲੀ ਗਾਲ ਹੈ। ਸਲਾਮ ਅਲੈਕੁਮ। ਐਓ ਜੀ ਗੱਲ ਨਾ ਕਿਤਾ ਕਰੋ, ਮੈਂ ਕੋਹਲੀ ਮਹੀਨਾ ਕਹਿੰਦੇ ਮੈਂ ਕੋ ਤਨਖਾਹ ਦਾ ਖਿਨਾ ਡਿਓ, ਜਿੱਥਾ ਵੈਨਾ ਹਰ ਬੰਦਾ ਦੇ ਦਿਲ ਕਰੇ ਤੇ ਉਡਾਂਗੇ ਨਾ ਰਾ ਵੰਜੇ, ਦਿਲ ਕਰੇ ਤੇ ਕੋ ਵਿਚਾਰੀ ਵੀ ਜੇ। ਓ ਅਸਾਂ ਬਿਜਲੀ ਮੰਗੀ ਕੀਤੀ ਖਣੂ, ਹਕੂਮਤ ਕੀਤੀ ਖੜੀ ਹੈ, ਸਾਡਾ ਤਾਂ ਸਿਰਫ ਕੰਮ ਹੈ ਭਈ ਵੰਦ ਚੈੱਕ ਕਰ ਤੇ ਆਉਣਾ। ਭਾਈ ਜਾਨ ਅਸਾਂ ਆਪਣੀ ਨੌਕਰੀ ਨਿਭਾਉਂਦੇ ਪਏ, ਸਾਰੇ ਵਾਸੇ ਚ ਕਹਿਣੀ ਤੋਰਾ ਬਿੱਲ ਘੱਟ ਕਰਨਾ ਵੱਧ ਕਰਨਾ। ਹਕੂਮਤ ਤਾਂ ਜਿਹੜੀ ਇੱਥਾਂ ਬੈਠੀ ਹੈ ਤੁਸਾਂ ਡੰਗੀ ਬੋ। ਹਾਂ ਗੱਲ ਤਾਂ ਸਹੀ ਹੈ, ਹਕੂਮਤ ਲਾਈ ਬਚਾ ਜਣ ਬੇ ਜਾਦੇ ਗਏ ਨਾ ਅਸੇ ਤੇ ਨਹੀਂ ਜਾ। ਨਾ ਨਾ ਮੰਮ ਮੇਰੀ ਇੱਕ ਗੱਲ ਹੀ ਰਹਿ ਗਈ ਹੈ, ਜਲਦੀ ਘਰ ਵਾਂਗ ਗੱਲੀ ਛੋੜੇ ਮਲਾ ਤਲ ਤਨਖਾਹ ਕਾ ਨਾ ਮਿਲ ਸੇ ਯਾਰ ਤਾਂ ਮਿਲ ਵੇ ਸੀ। ਅੱਛਾ ਜੋਲ ਜਲਾ ਲਿਖਾ ਹੈ ਤਾਂ ਫਿਰ ਠੀਕ ਹੈ। ਹੁਣ ਯਾਦ ਆਏ ਜਿਵੇਂ ਖੰਬੇ ਕਹਿਣੀ ਤੇ ਮੀਟਰ ਕਿੱਥੋਂ ਹੋ ਸਕਦਾ, ਲੇਕਿਨ ਲਾਈਟ ਤਾਂ ਹੈ, ਇਹ ਛਾਣ ਬੀਣ ਕਰਨੀ ਪਮਸੇ ਜਬ ਇਹ ਤਾਰਾਂ ਆਉਂਦਿਆਂ ਕਿੱਥੋਂ ਪੈ। ਹੈਂ ਕਿਥੇ ਅਮਰੀਕਾ ਤੋਂ ਬਿਜਲੀ ਤਾਂ ਨਹੀਂ ਕੀਤੀ ਬੜੇ, ਮੈਂ ਤਾਂ ਪਾਕਿਸਤਾਨ ਦੀ ਇਸਤੇਮਾਲ ਨਾ ਕਰੇ ਦੇ ਹੋਣ, ਟੈਕਸ ਤਾਂ ਢੇਰ ਲੱਗਦੇ ਪਏ ਨਾ। ਸਾਡਾ ਕਿਆ ਅਸਾਂ ਨੌਕਰੀ ਕਰਨੀ ਹੈ ਭਾਈ ਜਾਨ, ਆਖਰੀ ਘਰ ਰਹਿ ਗਿਆ ਆਪਾਂ ਖੜਕਾ ਦੇ, ਉਹਦੇ ਬਾਅਦ ਵਹਿੰਦੇ ਹਾਂ ਅਗਲੇ ਗੁਆਂਢ ਸਹਿੰਦੇ ਹਾਂ। ਹੁਣ ਬਾਬਾ ਇਹ ਨੌਕਰੀ ਸਾਰੇ ਬਾਰੇ 'ਚ ਕਹਿ ਰਹੀ ਕਹੀਂ ਬੇਕੂ ਲਓ, ਲੋਕ ਤਾਂ ਹੁਣ ਮਾਰਨ 'ਤੇ ਆ ਗਏ, ਲੋਕ ਇਹਦਾ ਗਿੰਦਿਆਂ ਵੇਖ ਕੇ ਬਿੱਲ ਫਰ ਫਰ ਤੇ ਮਾਰਨ ਹੀ ਨਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅੱਲਾ ਸਯਾਮ, ਕਿਥੇ ਹੀ ਤਾਂ ਸਾਡੀ ਇੱਜ਼ਤ ਰਖਵਾ, ਅਸਾਂ ਵਾਪ ਡਾਲੇ ਠੀਕ ਪਏ, ਅਜ਼ਾਬ ਪੜ ਗਏ ਸਾਰੇ ਵਾਸਤੇ, ਅਸਾਂ ਤਾਂ ਬੱਚੇ ਦੀ ਰੋਜ਼ੀ ਕਰਨ ਦੇ ਕਰੋ। ਇਹ ਜੀ ਬਾਹਰ ਆਓ ਜੀ, ਐ ਮੈਂ ਵਾਪ ਡਾਲਾ। ਉਹ ਤੁਹਾਡਾ ਖਾਣਾ ਖਰਾਬ ਹੋਵੇ ਤਾਂ ਸ਼ਰਮ ਹੀ ਆ ਹੈ ਕਿ ਨਹੀਂ ਹੈ, ਤੁਸੀਂ ਮਰਨਾ ਹੈ ਜਾਂ ਨਹੀਂ ਮਰਨਾ, ਇਹ ਮੈਨੂੰ ਤੁਸੀਂ ਬਿੱਲ ਭੇਜ ਦਿਓ। ਸਾਰੇ ਦਾ ਖਾਣਾ ਖਰਾਬ ਹੋਇਆ ਤਾਂ ਕੀੜੇ ਪੈ ਜਾਣ। ਉਹ ਕਿਆ ਸਰਖਾ ਦਿਖਣੀ ਕਹਿ ਨਾ ਲੜਦੀ ਤੇ ਵਾਪ ਡਾਲਾ। ਓ ਭਾਈ ਜਾਨ, ਭਾਈ ਜਾਨ ਕੌਣ ਹੈ? ਪਿਸ਼ਤੀ ਰਾਮ ਮੈਂ ਦੀ ਘਰ ਵਾਲੀ ਹੈ, ਉਹ ਕੇ ਬਕਵਾਸ ਮਤ ਨਾ ਪੀ ਭਾਈ। ਤੇ ਹੂੰ ਕੋ ਸਮਝਾ ਤਾ ਸਹੀ, ਹੂੰ ਕੀੜੇ ਪਵਨ ਦੇ ਅਸਾ ਕੀਤਾ ਕਿ ਸਭ ਹਰ ਕੋਈ ਬੰਦਾ ਆ ਤੇ ਤਾ ਕੋ ਵਿਚਾਰ ਬਿੱਲ ਭੇਜ ਦਿੰਦੇ ਜੇ। ਅਸਾ ਕਹਿਰੀ ਭਿਜੇ ਦੇ ਬੀਬੀ ਪਿੱਛੂ ਲੱਗ ਤੇ ਹੁੰਦੇ, ਅਸਾ ਦਾ ਸਿਰਫ ਰੀਡਿੰਗ ਕਰਨ ਹੁੰਦੇ ਆ। ਕਿਹੜੀ ਰੀਡਿੰਗ ਕਰਾਣੀ, ਕਿਆ ਤੇ ਰੀਡਿੰਗ ਕਰਾ ਸੀ, ਮੀਟਰ ਤਾਂ ਕੱਤੀ ਖੜੋ ਕੱਟ ਗਏ। ਅੱਛਾ ਜੀ, ਜੇ ਤੱਕ ਪਤਾ ਹੀ ਕਾ ਨਹੀਂ ਇਹ ਲਿਖਿਆ ਕਹਿੰ ਕਿ ਕਿਤਾਬਾਂ ਕਿਆ ਵਾਸਤੇ ਚਾਤੀ ਉਹਦੀ ਅੰਧਾ ਹੀ ਕਿਉਂ ਕੱਟ ਗਏ। ਅੱਛਾ ਕਿਉਂ ਕੱਟ ਗਏ, ਇਹ ਜਿਹੜੇ ਬਿੱਲ ਫੇਰ ਛੁੜੇਗੋ ਬੋਲਾ ਪੁੱਛ ਦੋ ਕਿਉਂ ਕੱਟ ਗਏ। ਕੋਈ ਗਰੀਬ ਆਦਮੀ ਕਿੱਥੋਂ ਭਰੇ ਇਤਨੇ ਬਿੱਲ? ਗਰੀਬ ਆਦਮੀ ਹੁਣ ਕਮਾਵੇ ਬਿੱਲ ਤਾਂ ਭਰੇ, ਇਹ ਜਿਹੜੇ ਬਿੱਲ ਸੀ ਕਿੱਥੋਂ ਆਉਂਦੇ ਇਤਨਾ ਬਿੱਲ ਹੋਣੇ? ਅੱਛਾ ਹਾਂ, ਰੀਟਿੰਗ ਕੋ ਜੋਂਦੇ ਸਾਡੇ ਇੱਕ ਬਲਬ ਚੱਲਦੇ ਇੱਕ ਬਲਬ, ਹਾਂ ਤੇ 18,000 ਬਿੱਲ ਆ ਗਏ, ਓਏ ਕਿੱਥੋਂ ਦਿੱਤੇ ਹੋਏ ਬਿੱਲ ਇਤਨਾ? 3-4 ਮਹੀਨੇ ਦਾ ਹੋਸੇ, 3-4 ਮਹੀਨੇ ਇੱਕ ਮਹੀਨੇ ਦਾ ਬਿੱਲ ਆਈ,
ਇੱਕ ਮਹੀਨੇ ਦਾ ਬਿੱਲ ਕਹਿੰਦੇ ਭਰਿਆ ਕੱਟ ਗਏ। ਕਿੱਥੋਂ ਆਣੋ ਪੈਸੇ? ਘਰ ਪਾਲੂ ਜਾਈਏ ਬਿਜਲੀ ਦੇ ਬਿੱਲ ਭਰੂ ਖੜੇ? ਹਾਂ ਉਹਨਾਂ ਕੋਲੋਂ ਰਿਸ਼ਤੇਦਾਰ ਗਰੀਬਾਂ ਦਾ ਖੂਨ ਪੀਤੀ ਵੇਂਦੋ ਉਹ ਤੁਹਾਡੇ ਰਿਸ਼ਤੇਦਾਰ ਹਨ। ਭਾਈ ਜਾਨੀ ਹੋ ਜੀ ਕੋਈ ਗੱਲ ਕਾ ਨੀ, ਜਿਤਨਾ ਤੁਹਾਡੇ ਚਲੇ ਦੇਵੇ ਉਤਨਾ ਸਭ ਬੇਲ ਲੈਂਦੇ, ਬਾਕੀ ਬਸ ਟੈਕਸ ਹੁੰਦੇ ਨੇ। ਗੱਲ ਸੁਣ, ਟੈਕਸ ਠੀਕ ਹੈ, ਜਾਇਜ਼ ਲਾਓ ਨਾ ਜਾਇਜ਼ ਟੈਕਸ ਨਾ ਲਾਓ, ਸਮਝ ਗਏ? ਅਸਾਂ ਨਹੀਂ ਲੈਂਦੇ, ਪਿੱਛੋਂ ਲੱਗ ਜਾਂਦੇ ਨੇ। ਸਹੀ ਨਾ ਤੂੰ ਆ ਕੁਦਾ ਪਿੱਛੋਂ ਆਖੀ ਬੈਠਣ ਮੰਨਦੇ ਇਤਨਾ ਲੇਖਾ ਹੋ ਆਖੀ ਬੈਠਣ ਕਹਿਣਾ ਕਹ ਨਾ ਸਦਾ ਬਲਾ ਕਸੂਰਵਾਰ ਤੁਸਾਂ ਵੇ ਤੁਸਾਂ ਵੇ ਉਹ ਕਹਿੰਦੀ ਤਾਂ ਤੁਸਾਂ ਵੇ ਦੱਸ ਤੁਸੀਂ ਘੱਟ ਇਸਤੇਮਾਲ ਕੀਤਾ ਕਰੋ ਨਾ ਚੋਖੇ ਦਵਾ ਦੱਸਾਂ ਇੱਕ ਬਲਾ ਬਲਦੇ ਇੱਕ ਜਿਹੜਾ ਬੰਦਾ 400 ਦਿਹਾੜੀ ਦੇ ਕੰਮੇ ਦਾ ਹੋਵੇ ਉਹ ਏਸੀ ਕਿਥੋਂ ਖੇਨ ਸਕਦੇ, ਫਰਿੱਜ ਕਿਥੋਂ ਖੇਨ ਸਕਦੇ? ਘਰ ਦੇ ਖਰਚੇ ਪੂਰੇ ਕਰੋ ਜੇ ਤੁਹਾਡੇ ਫਰਿੱਜ ਪੂਰੇ ਖੜੇ ਰਹੂ। ਵੱਡੀ ਪੈਮਾਨਗੀ ਕਹਿੰਦੇ ਕਰਦੇ ਕਿਆ ਪੈਮਾਨਗੀ? ਸੁਧਾਰ ਬਣੋ, ਹਾਲੀ ਵੀ ਆਖਦੇ ਪਿਓ ਸੁਧਾਰ ਬਣੋ, ਠੀਕ ਹੈ? ਇਹ ਗਰੀਬੇ ਦਾ ਖੂਨ ਚੂਸਾਂ ਛੋੜ ਜੋ ਛੋੜ ਜੋ ਮਿੰਨਤ ਕਰਨ ਨੂੰ, ਨਾ ਤਾਂ ਇਹ ਸਾਡੇ ਹੱਥ ਖੋਲ ਗਏ ਨਾ ਪਛਤਾਸੋ। ਹਰ ਬੰਦਾ ਮੈਂ ਕੋਈ ਪੜਿਆ ਨਹੀਂ ਦੀ ਪੜੇ, ਮੈਂ ਕੋ ਲਾ ਵਾਸਾ ਮੰਨ ਕੇ ਦਾ ਮੈਂ ਨਵਾਂ ਨਵਾਂ ਆਇਆ ਹਲੀ, ਮੇ ਕੋ ਤੋ ਆਪ ਇੱਕ ਮਹੀਨਾ ਪੂਰਾ ਕਰ ਲਈ ਦੇ ਮੁਕਾਲਾ ਠੀਕ ਪਿਛਲੇ ਦਾ ਘਰ ਉਹ ਗਨ ਮੰਦੇ ਮੇ ਕੋ ਪੰਦੇ ਪੈ ਮੇ ਕੋ ਆ ਇਹੋ ਮਹੱਲਾ ਕਹੀ ਤੂੰ ਕਰ ਸਾਰਾ ਮਹੱਲਾ ਸ਼ਰੀਫ ਆ ਕੇ ਹੱਜੇ ਦਰਵਾਜ਼ਾ ਖੜਕੇ ਸੀ ਤੇ ਗੁੱਡਾ ਮਸ਼ੀਰੀ ਦੇ ਸ਼ਰਬਤ ਪਿਲਵੇ ਸਨ, ਬੋਤਲਾਂ ਪਿਲਵੇ ਸਨ, ਰੋਟੀਆਂ ਖਵੇ ਸਨ, ਜਿਹੜਾ ਦਰਵਾਜ਼ਾ ਖੜਕੇ ਨਾ ਮੰਦੇ ਖਵੇਂਦੇ ਪੈਣ ਮੈਂ ਪੂਰਾ ਸਵੇਰ ਦੇ। ਅੱਲਾ ਦੀ ਸ਼ਾਨ ਹੈ ਜੀ, ਜੇ ਕਮਾਤ ਰੱਖ ਗਿਆ ਤੇ ਸ਼ਰਬਤ ਪਿਲੂੰ, ਬੋਤਲਾਂ ਪਿਲੂੰ, ਰੋਟੀ ਖਾਊਂ, ਦਵਾ ਦਵਾ ਚੱਲੋ ਤੂੰ ਕਰ ਗਿਆ ਬਾਤ ਤਮੀਜ਼ੀ, ਤੂੰ ਆਵੀਂ ਸਹੀ ਮੀਟਰ ਲਵੇ ਸੀ ਕਹਿਣਾ ਮੈਂ ਅਗਰ ਤੇਰੇ 2500 ਚੱਕਰ ਨਾ ਲਵਾਇਆ ਨਾ ਮੈਂ ਕੋ ਵਾਟ ਡਾਲਾ ਨਾ ਆਖੀ ਕਾ ਕਰੇ ਸੀ 2500 ਚੱਕਰ ਲਵਾ ਦੇ। ਹਾਂ ਤੂੰ ਲਵਾ ਦਿਖਾ ਮੀਟਰ ਲਵੇਂਦਾ ਕਿਵੇਂ? ਚੱਲੋ ਠੀਕ ਹੈ, ਮੀਟਰ ਤਾਂ ਸਭ ਪੈਸੇ ਨੂੰ ਲਵੇ ਸੂ ਲਵੇ ਸੂ ਬਲ ਤੇਰੇ ਕੋਲੋਂ ਪਹੁੰਚ ਗਈ ਸੂ ਜਿਹੜੀ ਰੇਟਿੰਗ ਤੂੰ ਜ਼ਿਆਦਾ ਲਿਖੇ ਦੀ ਇਹ ਬਿੱਲ ਤੂੰ ਤਰੇ ਜਾੜੇ ਨਾ ਬਾਹਰ ਥਾਣੇ ਤੂੰ ਨੋਟਿਸ ਆਵੇ ਸੇ ਤੇ ਪੂ ਹਾਂ ਜਾਂ ਤਲਬ ਥੀਵੋ ਜਾਂ ਪੈਸੇ ਭਰੋ, ਨਾ ਭਰੇ ਸੋ ਢੱਕੀ ਸੋ। ਅੱਛਾ ਹਾਂ ਤੁਸਾਂ ਕਿਆ ਸਮਝੇ ਮੀਟਰ ਨਾ ਜਾਇਜ਼ ਮੀਟਰ ਕੱਟ ਵਣੋ ਉਹ ਠੀਕ ਹੈ, ਅਸਾਂ 3 ਮਹੀਨੇ ਬਿੱਲ ਨਾ ਚਾ ਭਰੂ ਨੋਟਿਸ ਆਵੇ ਸੇ ਠੱਕੀ ਸੂ। ਵਾਹ ਵਾਹ ਵਾਹ, ਜਿਹਦੇ ਕਾਨੂੰਨ ਤੁਹਾਡਾ ਸਾਡਾ ਕਹਿਣੀ, ਗਰੀਬਾਂ ਦੀ ਵੀ ਸੁਣਦੇ ਗਰੀਬਾਂ ਦੀ ਸੁਣਦੇ ਵਜੋ ਵਜੋ ਤੂੰ ਵਾਂਝ ਦਾ ਬਾਤੀ ਵਾਂਝਾ, ਮਤਲਬ ਦਿਮਾਗ ਤੋਂ ਟਲ ਮੈਂ ਦਿਮਾਗ ਖਰਾਬ ਪਿਆ ਗੜ ਮੇਰਾ ਸਾਰਾ ਡਿਜ਼ਾਲ ਕੋ ਮੈਂ ਦੇਖ ਨਹੀਂ ਥਾਂ ਦੇਖਣਿਆ ਹਾਂ ਵਾਟਾ ਲੈਣਾ ਪੰਗੇ ਓਏ ਸਰਕਾਰੀ ਹੋਣੇ ਫੋਨ ਕੀਤਾ ਨਾ ਮੈਂ ਡਾਲਾ ਆਵੇ ਖੀਲ ਤੇ ਮਰੇ ਸੱਦੇ ਕੋ ਡਾਲੇ ਚ ਮੈਂ ਬੈਠੂ ਕਰ ਕਰ ਫੋਨ ਅੱਜ ਪਤਾ ਲੱਗ ਵੈਸੇ ਯੋ ਮੀਟਰ ਤੁਸਾਂ ਵਾਪਸ ਨਾ ਟਾਈਮ ਤੇ ਲਾ ਵੰਜ ਤਾਂ ਕਿ ਕਰ ਫੋਨ ਕਰ ਕੀ ਕਰੇ ਸੀ ਕੀ ਕਰੇ ਸੀ ਕਰ ਤੂੰ ਫੋਨ ਮੈਂ ਨਹੀਂ ਕਰਨਾ ਮੇਰਾ ਪਹਿਲਾ ਮਹੀਨਾ ਪਹਿਲੇ ਜਾੜੇ ਮੈਂ ਛੇੜਾ ਪਾਖਣਾ ਮੇ ਕੋ ਅਗਲੇ ਨੌਕਰੀ ਤੋਂ ਕੱਢ ਦੇਵਾਂ ਮੈਂ ਤਾਂ ਤੇਰੀ ਬਖਸ਼ਿਸ਼ ਕਰਨਾ ਪਿਆ ਮੈਂ ਪਰਸੋਂ ਤਨਖਾਹ ਗਿਣਨੀ ਹੈ ਉਹ ਨਾ ਹੋਵੇ ਰੋਲਾ ਪਾਏ ਮੇਰੀ ਤਨਖਾਹ ਲੇਟ ਥੀ ਮੇਰੇ ਤਾਂ ਬੱਚੇ ਭੁੱਖ ਮਾਰਵੇ ਸਨ ਇੱਕ ਇੱਕ ਮਸ਼ਵਰਾ ਦੇਣਾ ਪੈ ਪਰਸੋਂ ਤਨਖਾਹ ਗਿਣ ਤੇ ਚੱਲਾ ਵੰ ਰਿਜ਼ਾਈਨ ਖਤਮ ਕਰ ਦੇ ਆਪਣੀ ਨੌਕਰੀ ਤੋਂ ਵੈਸੇ ਯਾਰ ਆਦਾ ਠੀਕ ਹੈ ਜਦੋਂ ਨਾ ਮੈਂ ਇਹ ਕੰਮ ਵਿੱਚ ਪਿਆ ਜਾਂ ਨੌਕਰੀ ਮੇਰੀ ਲੱਗੀ ਹੈ ਇਤਨੇ ਮੰਦੇ ਮੇਰੇ ਕੋ ਮਾਂ ਮੇਰੀ ਨਹੀਂ ਕੱਢੇ ਇਤਨੇ ਮੰਦੇ ਮੇਰੇ ਕੋ ਵਸਤੀ ਵਾਲੇ ਨਹੀਂ ਕੱਢੇ ਜਿਤਨੇ ਮੰਦੇ ਤੁਸੀਂ ਕੱਟ ਕੇ ਦੇਵੇ ਮੇਰੇ ਕੋ ਮੀਟਰ ਲਾ ਲਿਓ ਦਫਾ ਦੀ ਵਾਂ ਹੁਣ ਤੇਰੀ ਜੀ ਗੱਲ ਹੀ ਸੁਣੂ ਖੜੇ ਬੇ ਕੰਮ ਹੀ ਹਨ ਭਾਈ ਦਫਾ ਦੀ ਵਾਂ ਚੱਬਾਲਾ ਵਾਹ ਵੇ ਚੱਬਾਲਾ ਕੀ ਫਾਇਦਾ ਇਤਨੇ ਪੜ੍ਹਿਆ ਹੀ ਲਿਖਾਈ ਦਾ ਲੱਖਾਂ ਰੁਪਏ ਖਰਚ ਕੀਤਾ ਉਸੇ ਹੈਂ ਸਰਕਾਰੀ ਨੌਕਰੀ ਸਾਡੀ ਲੱਗਦੀ ਪਈ ਹੈ ਮੈਂ ਆਖਿਆ ਮੋਜਾ ਕਰੇ ਸੂ ਇੱਥਾ ਸਾ ਬੇਸਤੇ ਥੀਨੇ ਵਧੂ ਇਹ ਵਾਪ ਦਾ ਵਾਲਾ ਕੰਮ ਸਾਰੇ ਬਾਰੇ ਚ ਕਹਿ ਨਹੀਂ ਭਾਈ ਜਾਨ ਉਹ ਰੇਡੀ ਲਾ ਗਿਨ ਸੂ ਖੁਸ਼ ਖਬਰੀ ਖਿਲੋ ਤੇ ਹੱਸੋ ਸ਼ਾਲਾ ਤੇ ਬੱਸੋ ਖੁਸ਼ੀਆਂ ਬਹਾਰਾਂ ਕੀਤੇ ਥੀ ਉਹ ਰੈਡੀ ਘਿੰਤੇ ਆਏ ਹਾਂ ਟੀਵੀ ਕਾਮੇਡੀ
ਸਾਡੇ ਯੂਟਿਊਬ ਚੈਨਲ ਟੀਵੀ ਕਾਮੇਡੀ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਸਾਡੀਆਂ ਰੋਜ਼ ਦੀਆਂ ਵੀਡੀਓ ਤੁਹਾਂ ਤੱਕ ਆਸਾਨੀ ਨਾਲ ਪਹੁੰਚ ਸਕਣ।